इंडिया पाकिस्तान ਦਾ ਮੈਚ ਹੋਵੇ ਤੇ ਟੈਨਸ਼ਨ ਤੇ ਹੋਵੇਗੀ ਮੈਚ ਵਰਲਡ ਕੱਪ ਵਿੱਚ ਹੋਵੇ ਤੇ ਹੋਰ ਟੈਨਸ਼ਨ ਹੋਵੇਗੀ ਔਰ ਜੇ ਮੈਚ ਇੰਡੀਆ ਵਿੱਚ ਹੋਵੇ ਤੇ ਅੰਜ ਲੱਗੇਗਾ ਵੀ ਮਹਾ ਯੁੱਧ ਪੈ ਗਿਆ ਭਾਵੇਂ ਕ੍ਰਿਕਟ ਦੇ ਸਿਆਣੇ ਸਾਨੂੰ ਸਮਝਾਉਂਦੇ ਰਹਿਣ ਵੀ ਪਾਕਿਸਤਾਨ ਵਰਲਡ ਕੱਪ ਵਿੱਚ ਇੰਡੀਆ ਤੋਂ ਕਦੀ ਵੀ ਨਹੀਂ ਜਿੱਤਿਆ ਫਿਰ ਵੀ ਸ਼ੌਕੀਨਾ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਇਹ ਜਿਹੜਾ ਮੈਚ ਹੋਇਆ ਇਹਨੂੰ ਵੇਖਣ ਲਈ ਕੋਈ 1.5 ਅਰ ਬੰਦਾ ਟੀਵੀ ਦੇ ਸਾਹਮਣੇ ਬੈਠਾ ਸੀ ਤੇ ਸਟੇਡੀਅਮ ਵਿੱਚ ਵੀ ਕੁ ਸਵਾ ਲੱਖ ਬੰਦਾ ਮੌਜੂਦ ਸੀ ਇਸ ਸਵਾ ਲੱਖ ਬੰਦੇ ਵਿੱਚ ਕੋਈ ਢਾਈ ਤਿੰਨ ਹੀ ਪਾਕਿਸਤਾਨੀ ਹੋਣਗੇ ਉਹ ਵੀ ਉਹ ਸਾਫੀ ਜਿਨ੍ਹਾਂ ਦੀ ਲਾਟਰੀ ਨਿਕਲ ਆਈ ਤੇ ਉਹਨਾਂ ਨੂੰ ਆਖਰੀ ਵੇਲੇ ਇੰਡੀਆ ਦਾ ਵੀਜ਼ਾ ਮਿਲ ਗਿਆ ਪਾਕਿਸਤਾਨ ਇੰਡੀਆ ਦਾ ਇੱਕ ਮੈਚ ਸਟੇਡੀਅਮ ਤੋਂ ਬਾਹਰ ਵੀ ਹੁੰਦਾ ਹੈ ਇਹ ਮੈਚ ਟਾਸ ਤੋਂ ਪਹਿਲੇ ਸ਼ੁਰੂ ਹੋ ਜਾਂਦਾ ਹੈ ਤੇ ਪਾਕਿਸਤਾਨ ਦੇ ਹਾਰਨ ਦੇ ਨਾਲ ਵੀ ਨਹੀਂ ਮੁੱਕਦਾ ਇਹ ਮੈਚ ਹੁੰਦਾ ਹੈ ਲਤੀਫਿਆਂ ਦਾ ਜੁਗਤਾਂ ਦਾ ਤਾਨਿਆਂ ਮਹਿਣਿਆਂ ਦਾ ਕਿਸੇ ਪੁਰਾਣੀ ਜਿੱਤ ਦੀ ਯਾਦ ਦਾ ਕਿਸੇ ਨਾਂ ਭੁੱਲਣ ਵਾਲੀ ਹਾਰ ਦਾ ਇੰਡੀਆ ਪਾਕਿਸਤਾਨ ਵਾਲਿਆਂ ਤੇ ਮਿਲਣ ਤੇ ਇੰਨੀ ਆਪਮੰਦੀਆਂ ਨੇ ਮੈਨੂੰ ਸ਼ੱਕ ਹੁੰਦਾ ਹੈ ਕਿ ਵੀ ਇੰਨੀ ਖਲਕਤ ਮੈਚ ਇਸ ਲਈ ਵੇਖਦੀ ਹੈ ਵੀ ਜਦੋਂ 11 ਪਾਕਿਸਤਾਨੀ ਤੇ 11 ਹਿੰਦੁਸਤਾਨੀ ਇਕੱਠੇ ਹੋਣਗੇ ਤੇ ਕੀ ਤਮਾਸ਼ਾ ਲੱਗੇਗਾ ਕਿੰਨੇ ਕਿਹਦੇ ਨਾਲ ਹੱਥ ਮਲਾਇਆ ਕਿੰਨੇ ਜੱਫੀ ਪਾਈ ਕਿੰਨੇ ਥਾਪੀ ਮਾਰੀ ਕਿਹੜਾ ਹੱਸਿਆ ਤੇ ਕਿਹੜਾ ਕੂਰਿਆ ਪਾਕਿਸਤਾਨ ਦੇ ਬੋਲਰ ਸ਼ਹੀਨ ਅਫਰੀਦੀ ਨੇ ਇੰਡੀਆ ਦੇ ਬੋਲਰ ਪੁਮਰਾ ਨੂੰ ਪਿਓ ਬਣਨ ਤੇ ਇੱਕ ਛੋਟਾ ਜਿਹਾ ਤੋਹਫਾ ਦੇ ਛੱਡਿਆ ਸਾਡੀ ਸਾਰੀ ਕੌਮ ਸਦਕੇ ਵਾਰੀ ক্রিকেট ਖੇਡ ਦੇ ਨਾਲ ਨਾਲ ਠੰਡਾ ਵੀ ਹੈ ਤੇ ਜ਼ਾਹਿਰ ਹੈ ਇੰਡੀਆ ਪਾਕਿਸਤਾਨ ਦਾ ਟਾਕਰਾ ਸਭ ਤੋਂ ਵੱਡਾ ਠੰਡਾ ਜੋ ਸੌਦਾ ਵੇਚਣਾ ਹੈ ਇਹਦੇ ਨਾਂ ਤੇ ਵੇਚ ਲੋ ਇੰਡੀਆ ਦੇ ਕਿਸੇ ਹੋਟਲ ਵਾਲੀ ਕੰਪਨੀ ਨੇ ਮੇਰੇ ਖਿਆਲ ਆ ਉਹਦਾ ਨਾਂ ਹੋਮ ਸਟੇਜ਼ ਐਂਡ ਵਿਲਾਜ਼ ਹੈ ਉਹਨੇ ਇੱਕ ਪੂਰੇ ਸਫੇਦਾ ਇਸ਼ਤਿਹਾਰ ਦੇ ਛੱਡਿਆ ਵੀ ਪਾਕਿਸਤਾਨੀਓਂ ਤੁਸੀਂ ਹਾਰਨਾ ਤੇ ਹੈ ਹੀ ਲੇਕਿਨ ਜਿੰਨੀ ਬੁਰੀ ਤਰ੍ਹਾਂ ਹਾਰੋਗੇ ਅਸੀਂ ਤੁਹਾਨੂੰ ਓਡਾ ਵੱਡਾ ਡਿਸਕਾਊਂਟ ਦੇਵਾਂਗੇ ਹਰ ਮੈਚ ਤੋਂ ਪਹਿਲੇ ਯੁਕਤਾਂ ਲਗਦੀਆਂ ਨੇ ਲਗਦੀਆਂ ਵੀ ਰਹਿਣੀਆਂ ਚਾਹੀਦੀਆਂ ਨੇ ਪਾਕਿਸਤਾਨ ਕਿੰਨੇ ਸਾਲਾਂ ਤੋਂ ਮੌਕਾ ਮੌਕਾ ਦੇ ਇਸ਼ਤਿਹਾਰ ਵੇਖਦਾ ਆਂਦਾ ਤੇ ਮਜ਼ੇ ਵੀ ਲੈਣਾ ਹੁੰਦਾ ਲੇਕਿਨ ਪਾਕਿਸਤਾਨੀਆਂ ਨੂੰ ਹਾਰਨ ਤੇ ਡਿਸਕਾਊਂਟ ਵਾਲਾ ਮਾਹੌਲ ਕੁਝ ਲੋਕਾਂ ਨੂੰ ਜ਼ਿਆਦਾ ਚੰਗਾ ਨਹੀਂ ਲੰਗਾ ਕੋਈ ਨੇ ਆਖਿਆ ਵੀ ਇਹ ਬੈਡ ਟੇਸਟ ਮੈਂ ਮਹਿਮਾਨੋਂ ਕੇ ਸਾਥ ਐਸੇ ਨਹੀਂ ਕਰਤੇ ਲਤੀਫੇ ਤੇ ਹਾਸੇ ਐਸੇ ਆਉਂਦਾ ਲੇਕਿਨ ਲਤੀਫੇ ਦੇ ਅੰਦਰ ਲਤੀਫਾ ਜਿਹੜਾ ਨਾ ਡਿਸਕਾਊਂਟ ਦੇਣ ਵਾਲਿਆਂ ਨੂੰ ਸਮਝ ਆਇਆ ਨਾ ਉਹਦੇ ਤੇ ਇਤਰਾਜ਼ ਕਰਨ ਵਾਲਿਆਂ ਨੂੰ ਉਹ ਇਹ ਸੀ ਵੀ ਕਿਹੜੇ ਪਰੌਣੇ ਤੇ ਕਿਹੜਾ ਬੈਡ ਟੇਸਟ ਇੰਡੀਅਨ ਹਕੂਮਤ ਨੇ ਤੇ ਕਿਸੇ ਪਾਕਿਸਤਾਨੀ ਨੂੰ ਵੀਜ਼ਾ ਹੀ ਨਹੀਂ ਦਿੱਤਾ ਨਾ ਕੋ ਵਜ੍ਹਾ ਦੱਸੀ ਨਾ ਕੋ ਸਮਝ ਆਈ ਵੀ 2-400 ਹਜ਼ਾਰ ਪਾਕਿਸਤਾਨੀ ਝੰਡੇ ਲੈ ਕੇ ਜੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਪਹੁੰਚ ਜਾਂਦਾ ਤੇ ਉਹਨਾਂ ਨੇ ਕਿਹੜਾ ਪਾਕਿਸਤਾਨ ਵੱਲੋਂ ਸੈਂਚਰੀਆਂ ਬਣਾ ਲੈਣੀਆਂ ਸਨ ਜਾਂ ਕੋ ਕੈਚ ਫੜ ਲੈਣਾ ਸੀ ਜਿੱਤਣ ਵਾਲਿਆਂ ਨੂੰ ਵੀ ਜ਼ਿਆਦਾ ਚਾਸ ਆਉਂਦੀ ਭਿਹਾਰਨ ਵਾਲਿਆਂ ਨੂੰ ਸਾਹਮਣੇ ਬਿਠਾ ਕੇ ਹਲਾਲਾਲਾ ਕਰਦੇ ਲੇਕਿਨ ਇੱਥੇ ਗੱਲ ਡਿਸਕਾਊਂਟ ਵਿੱਚ ਹੀ ਫਸ ਗਈ ਤੇ ਉੱਥੇ ਵੀ ਨਹੀਂ ਰੁਕੀ ਹੋਮ ਸਟੇਜ਼ ਐਂਡ ਵਿਲਾ ਵਾਲਿਆਂ ਨੇ ਆਖਿਆ ਵੀ ਅਸੀਂ ਤੇ ਇਸ਼ਤਿਹਾਰ ਦਿੱਤਾ ਹੀ ਨਹੀਂ ਅਸੀਂ ਤੇ ਐਡੇ ਵੱਡੇ ਦੇਸ਼ ਭਗਤਾਂ ਵੀ ਅਸੀਂ ਕਿਸੇ ਪਾਕਿਸਤਾਨੀ ਨੂੰ ਆਪਣੀ ਪ੍ਰਾਪਰਟੀ ਵਿੱਚ ਵੜਣ ਨਹੀਂ ਨਾ ਦਈਏ ਜਿਵੇਂ ਲਾਹੌਰ ਦੇ ਭਰਾ ਕਹਿੰਦੇ ਨੇ ਗੁੱਡ ਹੋ ਗਿਆ ਪਹਿਲੇ ਇੰਡੀਆ ਦੇ ਬਾਰੇ ਕਿਹਾ ਜਾਂਦਾ ਸੀ ਵੀ ਐਡਾ ਵੱਡਾ ਮੁਲਕ ਏ ਇੱਥੇ ਬਹੁਤ ਮਜ਼ਮ ਨੇ لیکن سب تو بڑا ਧਰਮ ক্রিকেট ہے۔ ਤੇ ਹੁਣ ਉਹ ਧਰਮ ਵੀ ਕੋਈ ਧਰਮ ਨਹੀਂ ਮੈਚ ਦੇ ਵਿੱਚ ਨਾਰੇ ਸੁਣ ਕੇ ਤੇ ਇੰਜ ਹੀ ਲੱਗਾ ਵੀ ਧਰੋ ਹੀ ਸਭ ਤੋਂ ਵੱਡਾ ਧਰਮ ਹੈ। ਇੰਡੀਆ ਦੀ ਟੀਮ ਵੀ ਤਗੜੀ ਤੇ ਇੰਡੀਆ ਦਾ ক্রিকেট 보ਡ ਸਭ ਤੋਂ ਤਗੜਾ। ਲੇਕਿਨ ਜਿਸ ਤਰ੍ਹਾਂ ورلڈ کپ ਹੋ ਰਿਹਾ ਹੈ ਉਹਦੇ ਨਾਲ ਬਚਪਨ ਦੀ ক্রিকেট ਯਾਦ ਆ ਜਾਂਦੀ ਹੈ। ਤੁਸੀਂ ਵੀ ਗਲੀ ਮੱਲੇ 'ਚ ক্রিকেট ਖੇਡੀ ਹੋਏਗੀ। ਇੱਕ ਥੋੜਾ ਜਿਹਾ ਸ਼ੋਦਾ ਥੋੜਾ ਜਿਹਾ ਅਮੀਰ ਮੁੰਡਾ ਹੁੰਦਾ ਹੈ। ਬੈਟ ਬਾਲ ਤੇ ਵਿਕਟਾਂ ਉਹ ਲੈ ਕੇ ਆਉਂਦਾ ਹੈ। ਤੇ ਕਹਿੰਦਾ ਵੀ ਪਹਿਲੇ ਵਾਰੀ ਮੈਂ ਲਵਾਵਾਂਗਾ ਜੇ ਆਊਟ ਹੋ ਜਾਏ ਤੇ ਮੰਨਦਾ ਨਹੀਂ ਤੇ ਜਦੋਂ ਵਾਰੀ ਦੇਣ ਦੀ ਵਾਰੀ ਆਉਂਦੀ ਹੈ ਤੇ ਉਹ ਬਾਲ ਵਿਕਟਾਂ ਲੈ ਕੇ ਘਰ ਨਸ ਜਾਂਦਾ ਤੇ ਕਹਿੰਦਾ ਵੀ ਹੁਣ ਖੇਡ ਕੇ ਦਿਖਾਓ ਬੈਟ ਬੱਲਾ ਵੀ ਇੰਡੀਆ ਦਾ ਸਟੇਡੀਅਮ ਵੀ ਇੰਡੀਆ ਦੇ ਤੇ ਉਤੋਂ ਪਰਮੇਨਾ ਕਿ ਵਰਲਡ ਕੱਪ ਤੇ ਹੈ ਹੀ ਸਾਡਾ ਲੇਕਿਨ ਬਾਕੀ ਟੀਮਾਂ ਵੀ ਖੇਡਣ ਆਈਆਂ ਨਹੀਂ ਡਿਸਕਾਊਂਟ ਲੈਣ ਨਹੀਂ ਆਈਆਂ ਅਫਗਾਨਿਸਤਾਨ ਨੇ ਕ੍ਰਿਕਟ ਦੇ ਮਾਪਿਓ ਇੰਗਲੈਂਡ ਨੂੰ ਹਰਾ ਛੱਡਿਆ ਹੁਣ ਬਾਕੀ ਬੈਚ ਵੇਖੋ ਮਜ਼ੇ ਲਓ ਬਾਕੀ ਧਰਮ ਵੀ ਇਥੇ ਤੇ ਪਰਮ ਵੀ ਇਥੇ ਰੱਬ ਰਾਖਾ